ਤੇ ਨਾਭਾ ਦਾ ਰਹਿਣ ਵਾਲਾ 11 ਸਾਲਾ ਜਸ਼ਨਪ੍ਰੀਤ ਸਿੰਘ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਿਹਾ। ਦਰਅਸਲ ਜਸ਼ਨਪ੍ਰੀਤ ਨੇ ਵਾਓ ਮੇਰਿਆ ਮੌਲਾ ਗੀਤ ਸਾਈਕਲ ਤੇ ਜਾਂਦੇ ਜਾਂਦੇ ਗਾਇਆ ਸੀ ਤੇ ਗੀਤ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤਾ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ। ਜਸ਼ਨਪ੍ਰੀਤ ਸਿੰਘ ਨੂੰ ਕਿ ਗੀਤ ਗਾਉਣ ਦਾ ਸ਼ੌਂਕ ਆਪਣੇ ਪਿਤਾ ਤੋਂ ਪੈਦਾ ਹੋਇਆ ਕਿਉਂਕਿ ਜਸ਼ਨਪ੍ਰੀਤ ਦਾ ਪਿਤਾ ਕੀਰਤਨ ਕਰਦੇ ਨੇ ਤੇ ਜਸ਼ਨਪ੍ਰੀਤ ਪਿਛਲੇ 6 ਸਾਲਾਂ ਤੋਂ ਰਿਆਜ਼ ਵੀ ਕਰ ਰਿਹਾ ਤੇ ਵਧੀਆ ਸਿੰਗਰ ਬਣਨਾ ਚਾਹੁੰਦਾ ਹੈ। ਜਸ਼ਨ ਦੇ ਮਾਤਾ ਪਿਤਾ ਨੇ ਅਪੀਲ ਕੀਤੀ ਹੈ ਕਿ ਜਸ਼ਨ ਨੂੰ ਵਧੀਆ ਪਲੇਟਫਾਰਮ ਮਿਲੇ ਤਾਂ ਜੋ ਉਪਲਬਧੀਆਂ ਨੂੰ ਛੂ ਸਕੇ। ਹਾਂਜੀ, ਜਦੋਂ ਮੈਂ ਸਕੂਲ ਜਾਂਦਾ ਸੀ, ਸਕੂਲ ਦੇ ਫਰੈਂਡਸ ਮੈਨੂੰ ਕਹਿੰਦੇ ਨੇ ਤੇਰਾ ਗਾਣਾ ਰਿਕਾਰਡ ਹੋਇਆ, ਵੀਡੀਓ ਪਈ ਹੈ ਫੇਸਬੁੱਕ 'ਤੇ, ਮਤਲਬ ਕਿ ਬਹੁਤ ਜ਼ਿਆਦਾ ਉਹਨੂੰ ਵਿਊ ਮਿਲ ਰਹੇ ਨੇ। ਅਤੇ ਮੇਰੇ ਦੋਸਤਾਂ ਨੇ ਵੀ ਅਤੇ ਮੇਰੇ ਟੀਚਰਸ ਨੇ ਵੀ ਬਹੁਤ ਜਾਣਿਆਂ ਨੇ ਕਿਹਾ ਵੀ ਬਹੁਤ ਵਧੀਆ ਗਾਇਆ ਜੀ। ਬਸ ਇਹ ਮੈਨੂੰ ਛੋਟੇ ਹੁੰਦੇ ਤੋਂ ਸ਼ੌਂਕ ਸੀਗਾ ਕਿ ਪਹਿਲਾਂ ਮੇਰੇ ਪਾਪਾ ਕੀਰਤਨ ਕਰਦੇ ਹੁੰਦੇ ਸੀ, ਮੈਨੂੰ ਸ਼ੌਂਕ ਸੀਗਾ ਕਿ ਮੈਂ ਵੀ ਆਪਣੇ ਪਾਪਾ ਨਾਲ ਸਿੰਗਿੰਗ ਕਰਾਂ। ਅੱਛਾ, ਫਿਰ ਇਹ ਤੁਹਾਨੂੰ ਜਿਹੜਾ ਸੌਂਗ ਕਿਸੇ ਨੇ ਲਿਖ ਕੇ ਦਿੱਤਾ? ਨਹੀਂ, ਇਹ ਗਾਣਾ ਕਿਸੇ ਨੇ ਲਿਖ ਕੇ ਦਿੱਤਾ? ਇਹ ਗਾਉਣ ਵਾਸਤੇ ਕਿਸ ਨੇ ਪ੍ਰੇਰਨਾ ਦਿੱਤੀ ਵੀ ਇਹ ਗਾਉਣਾ? ਨਹੀਂ, ਬਸ ਮੈਂ ਤਾਂ ਸਾਈਕਲ ਚਲਾ ਰਿਹਾ ਸੀਗਾ ਜੀ ਉੱਥੇ, ਅਤੇ ਟਿਊਸ਼ਨ ਜਾਣ ਤੋਂ ਪਹਿਲਾਂ ਜਿਹੜੇ ਮੇਰੇ ਟਿਊਸ਼ਨ ਟੀਚਰ ਨੇ ਉਹਨਾਂ ਦੇ ਹਸਬੈਂਡ ਰੋਹਿਤ ਧੀਮਾਨ ਜੀ ਨੇ ਕਿਹਾ ਕਿ ਗਾਣਾ ਸੁਣਾ, ਅਤੇ ਉਹਨਾਂ ਨੇ ਚੋਰੀ ਛੁਪੇ ਵੀਡੀਓ ਬਣਾ ਲਈ। ਤੁਸੀਂ ਕਿਸੇ ਤੋਂ ਨਹੀਂ ਲਿਆ, ਆਪਣੇ ਆਪ ਬਣਾਇਆ ਇਹ ਗਾਣਾ? ਹਾਂਜੀ, ਬਸ ਰਮਜ਼ਾਨ ਵੀਰੇ ਦਾ ਲਿਖਿਆ ਹੋਇਆ ਜੀ ਇਹ, ਅਤੇ ਉਦੋਂ ਗਲਤ ਨਾਮ ਲੈ ਗਿਆ ਸੀ। ਅੱਛਾ, ਰਮਜ਼ਾਨ, ਇਹ ਰਮਜ਼ਾਨ ਜੀ ਕੌਣ? ਰਮਜ਼ਾਨ ਛਪਾਰ, ਇੱਕ ਜਿਹਨਾਂ ਦੇ ਲਿਰਿਕਸ ਨੇ ਉਹ। ਫਿਰ ਜਿਹੜਾ ਹੈਗਾ ਹੋਰ ਵੀ ਤੁਸੀਂ ਗਾਣੇ ਗਾਉਣੇ ਇਸ ਤੋਂ ਇਲਾਵਾ? ਹਾਂਜੀ, ਕਿਹੜੇ ਕਿਹੜੇ? ਲਾਈਵ ਹੀ ਨਾ ਗਈ, ਤੁਮੇ ਦਿਲ ਲੱਗੀ ਨੁਸਰਤ ਸਾਹਿਬ ਦਾ, ਅਤੇ ਮੇਰਾ ਯਾਰ ਹੈ ਰੱਬ ਵਰਗਾ, ਜਾਵੇਦ ਬਸ਼ੀਰ ਜੀ ਦਾ। ਕਿਹਨੂੰ ਦੇਖ ਕੇ ਤੁਸੀਂ ਗਾਣਾ ਮਤਲਬ ਸ਼ੁਰੂ ਕੀਤਾ, ਜਿਵੇਂ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ? ਹਾਂਜੀ, ਜਦੋਂ ਮੇਰੇ ਪਾਪਾ ਕੀਰਤਨ ਕਰਦੇ ਹੁੰਦੇ ਸੀ ਅਤੇ ਉਹਨਾਂ ਨੇ ਗਾਣਾ ਹੁੰਦਾ ਸੀ, ਕਦੇ ਮੇਰੇ ਪਾਪਾ ਪਹਿਲਾਂ ਰਾਤ ਨੂੰ ਬਹਿ ਜਾਂਦੇ ਹੁੰਦੇ ਸੀ ਗਾਉਣ, ਅਤੇ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਸੀ ਅਤੇ ਮੇਰੇ ਮਨ 'ਚ ਇਹ ਆਉਂਦਾ ਸੀ ਕਿ ਮੈਂ ਵੀ ਸਿੰਗਿੰਗ ਕਰਾਂ। ਅਤੇ ਤੁਸੀਂ ਹੁਣ ਕਿਸ ਲੈਵਲ 'ਤੇ ਪਹੁੰਚਣਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦਾ ਸਿੰਗਿੰਗ ਕਰਨੀ ਚਾਹੁੰਦੇ ਹੋ, ਤੁਹਾਡੇ ਮਨ 'ਚ ਹੁਣ ਕੀ ਆ ਚੱਲ ਰਿਹਾ? ਬਸ ਜੀ, ਜਿਵੇਂ ਮੇਰੇ ਪਾਪਾ ਕਹਿੰਦੇ ਨੇ, ਸੁਪਰ ਡੁਪਰ ਹਿੱਟ। ਹਾਂ, ਨਹੀਂ ਜੀ, ਫਰਕ ਤਾਂ ਕੋਈ ਨਹੀਂ ਪਿਆ, ਪਰ ਅੰਦਰੋਂ ਇਹ ਖੁਸ਼ੀ ਹੁੰਦੀ ਹੈ ਕਿ ਇੰਨੇ ਜਾਣੇ ਮੈਨੂੰ ਕਹਿੰਦੇ ਨੇ ਕਿ ਬਹੁਤ ਵਧੀਆ ਗਾਇਆ, ਅਤੇ ਮਤਲਬ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦਾ। ਹਾਂਜੀ, ਮੈਂ ਤਾਂ ਚਾਹੁੰਦਾ ਵੀ ਮਤਲਬ ਇਹ ਜਿਵੇਂ ਸਾਰੇ ਪਬਲਿਕ ਨੇ ਦੇਸ਼ਾਂ ਵਿਦੇਸ਼ਾਂ ਤੱਕ ਇਹਨੂੰ ਪਿਆਰ ਦਿੱਤਾ, ਅੱਗੋਂ ਤੋਂ ਵੀ ਇੱਦਾਂ ਮਤਲਬ ਪਿਆਰ ਮਿਲਦਾ ਰਹੇ ਔਰ ਇਹ ਚੰਗਾ ਗਾਵੇ। ਜਿਵੇਂ ਸਾਡੀ ਸੱਭਿਅਤਾ ਦਾ ਕਤਲ ਹੁੰਦਾ ਸਾਡੇ ਸੱਭਿਆਚਾਰ ਦਾ, ਇੱਦਾਂ ਦੇ ਕੋਈ ਮੈਸੇਜ ਵਾਲੇ ਗਾਣੇ ਇਹ ਅੱਗੇ ਤੋਂ ਵੀ ਗਾਵੇ। ਔਰ ਮੇਰੀ ਬੇਨਤੀ ਹੈ ਜਿਵੇਂ ਸਾਰੇ ਹੀ ਚੈਨਲਾਂ ਵਾਲੇ ਸਾਰਿਆਂ ਨੂੰ, ਜੀ ਆਇਆਂ ਨੂੰ, ਹਾਲੇ ਤੱਕ ਇਹਦੀ ਮਤਲਬ ਹੈਲਪ ਦੇ ਵਿੱਚ ਕੋਈ ਇੱਦਾਂ ਦਾ ਸਾਡੇ ਕੋਲ ਨਹੀਂ ਆਇਆ ਵੀ ਜਿਹੜਾ ਸਾਡੀ ਥੋੜ੍ਹੀ ਮਹਿਕ ਸਹਾਇਤਾ ਕਰੇ ਵੀ ਇਹ ਬੱਚੇ ਨੂੰ ਅੱਗੇ, ਕਿਉਂਕਿ ਅੱਜ ਕੱਲ੍ਹ ਪੈਸੇ ਬਿਨਾਂ ਵੀ ਕੁਛ ਨਹੀਂ ਹੈਗਾ ਜੀ। ਅਤੇ ਸੋ ਸਾਰੀ ਅਪੀਲ ਹੈ ਜਿਵੇਂ ਸਾਡੀਆਂ ਸਰਕਾਰਾਂ ਨੇ, ਦੇਸ਼ ਵਿਦੇਸ਼ ਦੇ ਲੋਕ ਨੇ, ਵੀ ਇਹਦੀ ਥੋੜ੍ਹੀ ਫੈਂਸ ਲਈ ਵੀ ਮਦਦ ਕਰਨ।